ਜੋ ਭਾਨੇ ਸਿੱਧੂ ਨਾਲ ਹੋਣ ਦਿਆ ਤੇ ਬਾਕੀ ਜਿਹੜੇ ਸਿੱਖ ਨੌਜਵਾਨਾਂ ਨਾਲ ਹੋਇਆ ਉਹ ਸਾਰਿਆਂ ਨੂੰ ਪਤਾ ਕਿ ਗਲਤ ਆ। ਭਗਵੰਤ ਮਾਨ ਨੂੰ ਵੋਟਾਂ ਪਾ ਕੇ ਗਲਤੀ ਕਰ ਲਈ ਆ, ਦੀਪ ਸਿੱਧੂ ਕਹਿੰਦਾ ਵੀ ਰਿਹਾ, ਸਮਝਾਉਂਦਾ ਵੀ ਰਿਹਾ, ਪਰ ਆਪਾਂ ਨੂੰ ਉਹਦੀ ਸਮਝ ਨਹੀਂ ਲੱਗੀ। ਉਦੋਂ ਚੇਤਾ ਕਿ ਮੈਂ ਆਪ ਪਿੰਡ ਫੋਨ ਲਾ ਲਾ ਕੇ ਕਹਿੰਦਾ ਰਿਹਾ ਕਿ ਤੁਸੀਂ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਵੋਟਾਂ ਪਾਓ, ਇੱਥੋਂ ਤੱਕ ਕਿ ਮੈਨੂੰ ਮੇਰੇ ਘਰ ਦੇ ਆਮ ਆਦਮੀ ਪਾਰਟੀ ਦਾ ਅੰਧਭਗਤ ਕਹਿੰਦੇ ਹੁੰਦੇ ਸੀ। ਆਪਾਂ ਨੂੰ ਤਾਂ ਇੱਦਾਂ ਲੱਗਾ ਕਿ ਸਿਸਟਮ ਬਦਲੂਗਾ, ਲੋਕਾਂ ਨੂੰ ਬੋਲਣ ਦੀ ਆਜ਼ਾਦੀ ਹੋਊ। ਗੱਲਾਂ ਤੇ ਆਪਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ ਭਗਤ ਸਿੰਘ ਦੀਆਂ, ਲੋਕਤੰਤਰ ਦੀਆਂ। ਅਸਲੀ ਲੋਕਤੰਤਰ ਦੇਖਣਾ ਤੁਸੀਂ ਵੈਸਟਰਨ ਦੇਸ਼ਾਂ ਦੇ ਵਿੱਚ ਜਾ ਕੇ ਦੇਖੋ, ਉੱਥੇ ਕੁਝ ਪ੍ਰਧਾਨ ਮੰਤਰੀ ਨੂੰ ਗਾਲ ਵੀ ਕੱਢ ਦੇਣਾ, ਫਿਰ ਵੀ ਪ੍ਰਧਾਨ ਮੰਤਰੀ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਂਦਾ। ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ, ਲੋਕ ਉਧਰੋਂ ਇੱਧਰ ਨੂੰ ਆਉਣਾ ਚਾਲੂ ਹੋ ਗਏ। ਜਦੋਂ ਮੈਂ ਗੱਲ ਕਹੀ ਸੀ ਉਦੋਂ ਮਜ਼ਾਕ ਕਰਦੇ ਸੀ, ਪਰ ਆਪਾਂ ਭਗਵੰਤ ਮਾਨ ਦੀ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਪੰਜਾਬ ਦੇ ਨੌਜਵਾਨ ਵਾਪਸ ਪੰਜਾਬ ਆਉਂਦੇ ਨੇ, ਕੋਈ ਨਹੀਂ ਆਉਂਦੇ ਆ, 2-4 ਹੋਣੇ ਜਿਹੜੇ ਆਗੇ ਹੋਣੇ, ਜਿਨ੍ਹਾਂ ਕੋਲ ਪੈਸਾ ਹੋਣਾ ਜਾਂ ਜਿਨ੍ਹਾਂ ਨੇ ਕੁਝ ਬਣਾ ਲਿਆ ਹੋਣਾ। ਪੁਲਿਸ ਦਾ ਡਰ ਨਾ ਬਿਠਾਓ, ਤੁਸੀਂ ਪੁਲਿਸ ਦਾ ਕਿਉਂ ਇਸਤੇਮਾਲ ਕਰਨ ਦੇ ਜੇ ਲੋਕਾਂ ਦੀ ਆਵਾਜ਼ ਦਬਾਉਣ ਵਾਸਤੇ? ਤੁਸੀਂ ਸੱਚੀ ਚਾਹੁੰਦੇ ਕਿ ਪੰਜਾਬ ਦੇ ਨੌਜਵਾਨ ਵਾਪਸ ਪੰਜਾਬ ਆਉਣ? ਉਹਨਾਂ ਨੂੰ ਤੁਸੀਂ ਮਾਹੌਲ ਤੇ ਦਵੋ ਜਿਹੜਾ ਸਿਸਟਮ ਲੋਕਾਂ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਦੇਖਿਆ ਹੁੰਦਾ ਹੈ, ਜਿੱਥੇ ਤੁਸੀਂ ਪੁਲਿਸ ਵਾਲੇ ਨੂੰ ਜੇ ਤੁਸੀਂ ਮਿਲਦੇ ਜੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਮੇਰੇ ਨਾਲ ਕੁਝ ਗਲਤ ਕਰੂਗਾ। ਭਗਵੰਤ ਮਾਨ ਸਾਹਿਬ, ਤੁਸੀਂ ਕਹਿੰਦੇ ਹੁੰਦੇ ਸੀ ਕਿ ਤੁਸੀਂ ਲੀਡਰਾਂ ਨੂੰ ਸਵਾਲ ਕਰਿਆ ਕਰੋ, ਜੇ ਹੁਣ ਤੁਹਾਨੂੰ ਸਵਾਲ ਕਰਨ ਦੇ ਤੇ ਲੋਕੀ ਤੁਸੀਂ ਫਿਰ ਉਹਨਾਂ ਨੂੰ ਅੰਦਰ ਕਰੀ ਜਾਂਦੇ ਜੇ? ਹਾਲਾਂਕਿ ਇੱਕ ਲੋਕਤੰਤਰ ਦੇ ਵਿੱਚ ਸਰਕਾਰ ਦੀ ਆਲੋਚਨਾ ਕਰਨੀ, ਉਹਦਾ ਕ੍ਰਿਟੀਸਿਜ਼ਮ ਕਰਨਾ ਇੱਕ ਲੋਕਤਾਂਤਰਿਕ ਅਧਿਕਾਰ ਹੁੰਦਾ। ਜਿਹੜਾ ਸੱਤਾ ਦੇ ਵਿੱਚ ਹੁੰਦਾ ਉਹਨੂੰ ਸਾਰਾ ਕੁਝ ਸਹਿਣਾ ਪੈਂਦਾ, ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ ਨੇ। ਤੁਹਾਡੀ ਪਾਲਿਸੀ ਦੇ ਨਾਲ ਕੋਈ ਨਹੀਂ ਸਹਿਮਤ, ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਉਹਨੂੰ ਝੂਠੇ ਕੇਸਾਂ ਦੇ ਵਿੱਚ ਅੰਦਰ ਕਰ ਦਿਓ। ਕਿ ਭਾਨਾ ਸਿੱਧੂ ਜਾਂ ਲੱਖਾ ਸਿਧਾਨਾ ਜਾਂ ਕੋਈ ਹੋਰ ਬੰਦਾ ਹੋ ਗਿਆ, ਉਹ ਤੁਹਾਡੀਆਂ ਪਾਲਿਸੀਆਂ ਦੇ ਖਿਲਾਫ ਹੀ ਬੋਲਦਾ ਹੈ। ਜਿੱਥੇ ਲੋਕਾਂ ਨੂੰ ਲੱਗਦਾ ਕਿ ਸਰਕਾਰ ਗਲਤ ਕਰਨ ਦੀ ਹੈ, ਉੱਥੇ ਹੀ ਲੋਕੀ ਬੋਲਦੇ ਨੇ। ਤੁਹਾਡੇ ਪਰਿਵਾਰ ਦੇ ਨਾਲ ਜਾਂ ਤੁਹਾਡੇ ਨਾਲ ਕਿਸੇ ਦੀ ਪਰਸਨਲ ਦੁਸ਼ਮਣੀ ਨਹੀਂ ਹੈਗੀ। ਇਦਾਂ ਦੇ ਇਹ ਸਿਸਟਮ ਵਾਸਤੇ ਤੇ ਤੁਹਾਨੂੰ ਸੱਤਾ ਦੇ ਵਿੱਚ ਲੋਕਾਂ ਨੇ ਲਿਆਂਦਾ ਸੀ, ਕਿਉਂਕਿ ਉਹ ਅੱਕ ਚੁੱਕੇ ਸੀ ਅਕਾਲੀਆਂ ਤੇ ਕਾਂਗਰਸੀਆਂ ਤੋਂ। ਲੋਕਾਂ ਨੂੰ ਇਹ ਲੱਗਦਾ ਸੀ ਕਿ ਤੁਹਾਡੇ ਰਾਜ ਦੇ ਵਿੱਚ ਕਿਸੇ ਨਾਲ ਧੱਕਾ ਨਹੀਂ ਹੋਊਗਾ।